ਅੱਜ ਨੂਰਪੁਰ ਬੇਦੀ ਦੇ ਪਿੰਡ ਝਾਂਡੀਆਂ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਬੀਸੀ ਵਿੰਗ ਦੇ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਹੇਮਰਾਜ ਝਾਂਡੀਆਂ ਦੀ ਅਗਵਾਈ ਵਿੱਚ ਉਹਨਾਂ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਦੇ ਹੱਕ ਵਿੱਚ ਇੱਕ ਚੋਣ ਸਭਾ ਆਯੋਜਿਤ ਕੀਤੀ ਗਈ, ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪੱਛੀਆਂ ਸ਼੍ਰੇਣੀਆਂ ਵਿੰਗ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਹੀਰਾ ਸਿੰਘ ਗਾਬੜੀਆ ਪਹੁੰਚੇ। ਇਸ ਮੌਕੇ ਪੱਤਰਕਾਰ ਨਾਲ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਲਹਿਰ ਚੱਲ ਰਹੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਜੀਤ ਸਿੰਘ ਬਾਦਲ ਪਾਰਟੀ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ ਅਤੇ ਇਸ ਦੇ ਨਤੀਜੇ ਸਾਰਥਕ ਆਉਣਗੇ। ਉਹਨਾਂ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਬਿਨਾਂ ਕਿਸੇ ਭੇਦਭਾਵ ਤੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਹੱਕ ਵਿੱਚ ਵੋਟ ਪਾਉਣ। ਗਾਬੜੀਆ ਨੇ ਕਿਹਾ ਕਿ ਚੰਦੂ ਮਾਜਰਾ ਜਿੱਤ ਕੇ ਅਤੇ ਹਾਰ ਕੇ ਵੀ ਲੋਕਾਂ ਦੇ ਵਿੱਚ ਹੀ ਰਹੇ ਹਨ ਅਤੇ ਲੋਕਾਂ ਨੂੰ ਚਾਹੀਦਾ ਕਿ ਉਹ ਆਪਣੇ ਉਮੀਦਵਾਰ ਨੂੰ ਇੱਕ ਵਾਰ ਫਿਰ ਜਿਤਾ ਕੇ ਦੇਸ਼ ਦੀ ਸੰਸਦ ਵਿੱਚ ਭੇਜਣ। ਉਹਨਾਂ ਖਾਸ ਤੌਰ 'ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਲਈ ਵੱਧ ਤੋਂ ਵੱਧ ਕੰਮ ਕਰਨ। ਗਾਬੜੀਆ ਨੇ ਕਿਹਾ ਕਿ ਨਾ ਕੇਵਲ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਸਗੋਂ ਸਮੁੱਚੇ ਪੰਜਾਬ ਵਿੱਚ ਲੋਕ ਚਾਹੁੰਦੇ ਹਨ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਸੱਤਾ ਵਿੱਚ ਆਵੇ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਬੀਸੀ ਵਿੰਗ ਦੁਆਬਾ ਮੰਡਲ ਦੇ ਪ੍ਰਧਾਨ ਪਰਮਿੰਦਰ ਸਿੰਘ ਜਾੜਲਾ ਨੇ ਵੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਬਿਊਰੋ ਰਿਪੋਰਟ, ਮੇਰਾ ਪੰਜਾਬ ਨਿਊਜ਼। ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੇ ਪਿੰਡ ਝਾਂਡੀਆਂ ਵਿਖੇ ਅੱਜ ਰੈਲੀ ਪਹੁੰਚੀ, ਕੀ ਕਹਿਣਾ ਚਾਹੋਗੇ, ਪੰਜਾਬ ਦੇ ਵਿੱਚ ਕਿਵੇਂ ਦਾ ਸਹਿਯੋਗ ਮਿਲ ਰਿਹਾ? ਮੈਂ ਸਮੁੱਚੇ ਪੰਜਾਬੀਆਂ ਨੂੰ, ਸਮੁੱਚੇ ਪੰਜਾਬ ਵਿੱਚ ਵੱਸਦੇ ਸਾਰੇ ਧਰਮਾਂ ਦੇ ਲੋਕਾਂ ਨੂੰ, ਸਾਰੇ ਬਰਾਦਰੀਆਂ ਨੂੰ, ਭਾਈਚਾਰਿਆਂ ਨੂੰ ਸੁਨੇਹਾ ਦੇਣ ਵਾਸਤੇ ਆਇਆ ਕਿ ਸਾਰੇ ਪੰਜਾਬ ਦੇ ਵਿੱਚ ਬਹੁਤ ਵੱਡੀ ਇੱਕ ਲਹਿਰ ਚੱਲੀ ਹੋਈ ਆ, ਹਨੇਰੀ ਆਈ ਹੋਈ ਆ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ, ਅਤੇ ਉਹ ਹਨੇਰੀ ਦੇ ਵਿੱਚ ਸਾਡਾ ਇੱਥੇ ਕੈਂਡੀਡੇਟ ਜਿਹੜੇ ਨੇ ਉਹ ਸਰਦਾਰ ਪ੍ਰੇਮ ਸਿੰਘ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਔਰ ਮੈਂ ਜਿੱਥੇ ਵੀ ਗਿਆ ਉਹ ਸਾਰੇ ਹੀ ਇਹ ਗੱਲ ਕਹਿ ਰਹੇ ਨੇ ਕਿ ਪ੍ਰੇਮ ਸਿੰਘ ਚੰਦੂਮਾਜਰਾ ਜਿੱਤੂਗਾ। ਪਰ ਫਿਰ ਵੀ ਕੰਪੇਅਰ ਜ਼ਰੂਰ ਕਰਨਾ ਚਾਹੀਦਾ ਵੀ ਜਿਹੜੇ ਬਾਕੀ ਲੋਕ ਨੇ ਜਿਹੜੇ ਬਾਹਰੋਂ ਆ ਕੇ ਇੱਥੇ ਕਬਜ਼ਾ ਕਰਨਾ ਚਾਹੁੰਦੇ ਆ, ਉਹ ਇੱਥੇ ਇਲਾਕੇ ਦੇ ਲੋਕੋ ਕਬਜ਼ਾ ਨਾ ਹੁੰਦਿਆਂ, ਜੇ ਉਹਨਾਂ ਦਾ ਕਬਜ਼ਾ ਨਾ ਹੁੰਦਿਆਂ, ਜੇ ਅੱਗੇ ਕਬਜ਼ੇ ਕਰਾ ਕੇ ਆਪਾਂ ਵੇਖ ਲਏ, ਅੱਗੇ ਜਿਹੜਾ ਝੂਠਾ ਪ੍ਰਚਾਰ ਕਰਕੇ ਸਾਡੇ ਨਾਲ ਸੀਟਾਂ ਦੇ ਕਬਜ਼ੇ ਕੀਤੇ ਆ, ਹੁਣ ਉਹਨਾਂ ਦਾ ਕਬਜ਼ਾ ਨਾ ਹੁੰਦਿਆਂ, ਜੇ ਆਪਣੇ ਇੱਥੋਂ ਦੇ ਰਹਿਣ ਵਾਲੇ ਕਾਬਲ ਇਨਸਾਨ ਆ ਪ੍ਰੋਫੈਸਰ ਸਾਹਿਬ ਜਿਤਾ ਕੇ ਪਾਰਲੀਮੈਂਟ ਵਿੱਚ ਭੇਜ, ਸਾਰੇ ਪੰਜਾਬ ਵਿੱਚ ਬਹੁਤ ਵੱਡੀ ਲਹਿਰ ਬਣੀ ਹੋਈ ਆ ਸ਼੍ਰੋਮਣੀ ਅਕਾਲੀ ਦਲ ਦੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦਿਨ ਰਾਤ ਇਸੇ ਕੰਮ 'ਤੇ ਲੱਗੇ ਹੋਏ ਨੇ, ਲੋਕ ਸਹਿਯੋਗ ਵੀ ਬੜੇ ਦੇ ਰਹੇ ਨੇ, ਸਾਰੇ ਧਰਮਾਂ ਦੇ ਲੋਕ, ਮੁਸਲਮਾਨ, ਇਸਾਈ, ਸਿੱਖ, ਹਿੰਦੂ, ਸਾਰੇ ਇੱਕ ਵੱਧੋ ਲੱਗੇ ਸ਼੍ਰੋਮਣੀ ਅਕਾਲੀ ਦਲ ਦੀ। ਇਸ ਕਰਕੇ ਸਾਰੇ ਨੌਜਵਾਨਾਂ ਨੂੰ ਅਪੀਲ ਕਰਦਾ ਵੀ ਆਓ ਮੁੜ ਕੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਤਾਕਤ ਮਜ਼ਬੂਤ ਕਰੀਏ। ਖਾਸ ਤੌਰ 'ਤੇ ਕੰਪੇਨ ਦੇ ਲਈ ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਦਾ ਹਲਾਰਾ ਮਿਲ ਰਿਹਾ? ਦੇਖੋ, ਇਸ ਤਰ੍ਹਾਂ ਕਿ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਪੱਛੜ ਸ਼੍ਰੀ ਵਿੰਗ ਨੇ ਮੈਨੂੰ ਪੂਰੇ ਦੁਆਬੇ ਦੀ ਸੇਵਾ ਨਿਭਾਈ ਹੈ, ਦੁਆਬੇ ਦਾ ਮੁੱਖ ਸੇਵਾਦਾਰ ਆ, ਮੈਂ ਪੂਰੇ ਦੁਆਬੇ 'ਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੇ ਹਲਕਿਆਂ 'ਚ ਜਾ ਰਿਹਾ। ਅੱਜ ਜੋ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਸਰਕਾਰਾਂ ਦੇ ਵਿੱਚ 7.5 ਸਾਲ ਲੋਕਾਂ ਨੇ ਗਵਾ ਲਏ ਆ, ਉਹ ਚਾਹੇ ਕਾਂਗਰਸ ਦੀ 5 ਸਾਲ ਸਰਕਾਰ ਰਹੀ ਹੈ, 2.5 ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ ਹੈ, ਇਹਨਾਂ ਨੇ ਸੂਬੇ ਦੇ ਲਈ, ਕਿਸੇ ਹਲਕੇ ਲਈ, ਕਿਸੇ ਨਗਰ ਪਿੰਡ ਲਈ ਕੋਈ ਵੀ ਜਿਹੜਾ ਵਿਕਾਸ ਦਾ ਕਾਰਜ ਨਹੀਂ ਕੀਤਾ। ਲੋਕੀ ਅੱਜ ਹੱਥਾਂ 'ਤੇ ਦੰਦੀਆਂ ਵੱਢ ਰਹੇ ਆ ਕਿ ਗਲਤ ਸਰਕਾਰਾਂ, ਗਲਤ ਸਰਕਾਰ ਨੂੰ ਚੁਣਨ ਦੇ ਨਾਲ ਜੋ ਅੱਜ ਲੋਕਾਂ ਦੇ ਹਾਲ ਹੋਏ ਆ, ਤੁਸੀਂ ਸਾਰੇ ਦੇਖ ਰਹੇ ਹੋ, ਭਲੀ ਭਾਣ ਜਾਣੂ ਹੋ, ਇਹੋ ਕਾਰਨ ਆ ਕਿ ਅੱਜ ਲੋਕਾਂ ਨੇ, ਸੂਬੇ ਦੀ ਜਨਤਾ ਨੇ ਮਨ ਬਣਾ ਲਿਆ ਕਿ 13 ਸੀਟਾਂ ਜਿਹੜੀਆਂ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੇ ਨਿਰੋਲ ਕੈਂਡੀਡੇਟ ਆ ਉਹਨੂੰ ਜਿਤਾ ਕੇ ਭੇਜਣਾ, ਤਾਂ ਜੋ ਸੂਬੇ ਦਾ ਜਿਹੜਾ ਵਿਕਾਸ ਹੋ ਸਕੇ। ਤੁਸੀਂ ਪਿਛਲੇ ਸਮੇਂ 'ਚ ਦੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਹਰੇਕ ਧਰਮ ਦਾ ਵਿਕਾਸ ਹੋਇਆ, ਹਰੇਕ ਧਾਰਮਿਕ ਜਗ੍ਹਾ ਦਾ ਵਿਕਾਸ ਹੋਇਆ। ਜਿਸ ਤਰ੍ਹਾਂ ਹੀ ਗਾਬੜੀਆ ਸਾਹਿਬ ਅੱਜ ਪਹੁੰਚੇ ਆ, ਉਹਨਾਂ ਨੇ ਸਾਰੀ ਆਪਣੀ ਗੱਲਾਂ ਦੇ ਵਿੱਚ ਦੱਸਿਆ
ਕਿ ਜੇਕਰ ਚੱਪੜ ਚਿੜੀ ਦੀ ਗੱਲ ਕਰ ਲੈਂਦੇ ਹਾਂ, ਅੱਜ ਜੰਗ ਆਜ਼ਾਦੀ ਦੀ ਗੱਲ ਕਰ ਲੈਂਦੇ, ਅੱਜ ਬਾਲਮਿਕ ਧਾਮ ਦੀ ਗੱਲ ਕਰ ਲੈਂਦੇ ਅੰਮ੍ਰਿਤਸਰ ਦੀ, ਅਗਰ ਕਰੋੜਾਂ ਰੁਪਏ ਲੱਗੇ, ਅੱਜ ਖਰਾਲਗੜ੍ਹ ਸਾਹਿਬ ਦੀ ਗੱਲ ਕਰ ਲੈਂਦੇ ਹਾਂ, ਅੱਜ ਕਿਸੇ ਵੀ ਧਾਰਮਿਕ ਸਥਾਨ ਦੀ ਗੱਲ ਕਰਦੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਹੋਇਆ, ਅੱਜ ਐਸਸੀ ਸਮਾਜ ਦੀ ਬੀਸੀ ਸਮਾਜ ਦੀ ਗੱਲ ਕਰ ਲੈਂਦੇ ਹਾਂ, ਕਿਸਾਨ ਵਰਗ ਦੀ ਗੱਲ ਕਰ ਲੈਂਦੇ ਹਾਂ, ਛੋਟੇ ਦੁਕਾਨਦਾਰ ਵੱਡੇ ਦੁਕਾਨਦਾਰ ਬਿਜ਼ਨਸਮੈਨ ਦੀ ਗੱਲ ਕਰ ਲੈਂਦੇ ਹਾਂ। ਇਹ ਸਾਰਿਆਂ ਦਾ ਵਿਕਾਸ ਹੈ, ਸ਼੍ਰੋਮਣੀ ਅਕਾਲੀ ਦਲ ਜਦੋਂ ਜਦੋਂ ਸੱਤਾ 'ਤੇ ਰਹੀ ਹੈ ਉਹ ਵਿਕਾਸ ਹੋਇਆ। ਇਸ ਕਰਕੇ ਜਿਹੜੀਆਂ ਲਟੇਰੇ ਬਾਹਰਲੇ ਕੈਂਡੀਡੇਟ ਆ ਕੇ ਸਾਡੀ ਆਵਾਮ ਨੂੰ ਸਾਡੀ ਜਨਤਾ ਨੂੰ ਗੁੰਮਰਾਹ ਕਰ ਰਹੇ, ਉਸ ਤੋਂ ਪਬਲਿਕ ਸੁਚੇਤ ਆ, ਔਰ ਵੱਡੀ ਲੀਡ ਦੇ ਨਾਲ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਰਾ ਸਾਹਿਬ ਜਿਹੜੇ ਆ ਇੱਥੇ ਜਿੱਤ ਕੇ ਜਾਣਗੇ, ਔਰ ਸਾਰੇ ਇਲਾਕੇ ਦੀ ਜਿਹੜੀ ਆਵਾਜ਼ ਆ ਉਹ ਪਾਰਲੀਮੈਂਟ 'ਚ ਰੱਖਣਗੇ।